ਇੱਕ ਬੜੀ ਅਨਫੋਰਚੁਨੇਟ ਇੰਸੀਡੈਂਟ ਹੈ। ਸਾਡੇ ASI ਸਰੂਪ ਸਿੰਘ ਸੀਗੇ, ਨਵਾਂ ਪਿੰਡ ਚੌਂਕੀ ਦੇ ਵਿੱਚ ਡਿਊਟੀ ਕਰ ਰਹੇ ਸੀਗੇ ਅਤੇ ਰਾਤ ਕਰੀਬ 8:15 ਵਜੇ ਆਪਣੇ ਘਰੋਂ ਕੇਸ ਫਾਈਲ ਦੇਣ ਜਾ ਰਹੇ ਸੀਗੇ ਅਤੇ ਰਾਤ ਘਰ ਨਹੀਂ ਪਹੁੰਚੇ। ਰਾਤ ਪਰਿਵਾਰ ਵਾਲਿਆਂ ਨੇ ਕੋਸ਼ਿਸ਼ ਵੀ ਕੀਤੀ, ਨਹੀਂ ਮਿਲੇ ਤਾਂ ਸਵੇਰੇ ਫਿਰ ਦੁਬਾਰਾ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਆ ਅਤੇ ਉਹਨਾਂ ਦੀ ਡੈੱਡ ਬੋਡੀ ਮਿਲੀ ਆ, ਜਿਹੜਾ ਖਾਨਕੋਟ ਤੋਂ ਦਬੁਰਜੀ ਨੂੰ ਸੂਆ ਜਾ ਰਿਹਾ ਨਾ, ਛੋਟੀ ਨਹਿਰ ਆ ਇਹਦੇ ਨਾਲ ਨਾਲ ਪੱਕੀ ਸੜਕ ਲਿੰਕ ਰੋਡ ਆ, ਉਹਦੇ ਉੱਤੇ ਇੱਕ ਇਹਨਾਂ ਦੀ ਡੈੱਡ ਬੋਡੀ ਮਿਲੀ ਆ। ਸਰ ਕੋਈ ਪੁਰਾਣੀ ਰੰਜਿਸ਼ ਜੀ ਜਾਂ ਫਿਰ ਕਿਸੇ? ਅਜੇ ਇਹਨਾਂ ਦੇ ਮੁਤਾਬਕ ਪਰਿਵਾਰ ਵਾਲਿਆਂ ਦੇ ਨਾਲ ਤਾਂ ਉਹ ਕਹਿੰਦੇ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਆ। ਕੋਈ ਹੁਣ ਜਾ ਕੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ, ਵੈਰੀਫਾਈ ਕਰ ਰਹੇ ਹਾਂ ਵੀ ਕੀ ਸਾਰੇ ਐਂਗਲ ਵੇਖ ਰਹੇ ਹਾਂ ਇਹਦੇ। ਇਹਦੇ ਸਿੰਗਲ ਬੁਲਟ ਲੱਗੀ ਆ ਇੱਕ ਕਨਪੱਟੀ ਦੇ ਲੱਗੇ, ਬਾਕੀ ਵੈਰੀਫਾਈ ਕਰਾਂਗੇ ਜਿਹਨੂੰ ਡਿਟੇਲ ਜਾਂਦੇ ਹਾਂ। ਜਾਂ ਕਿਸੇ ਕੇਸ ਨੂੰ ਡੀਲ ਕਰ ਰਹੇ ਹੋਣ ਉਸ ਨੂੰ ਲੈ ਕੇ ਜਿਹੜਾ ਵਾ ਗੋਲੀਆਂ ਚਲਾਈਆਂ ਗਈਆਂ ਹੋਣ? ਨਹੀਂ, ਅਜੇ ਬੜੀ ਪ੍ਰੀ ਮਜੋਰ ਸਟੇਜ ਆ, ਇਸ ਲੈਵਲ 'ਤੇ ਨਹੀਂ ਕਿਹਾ ਜਾ ਸਕਦਾ ਕੁਛ ਵੀ, ਪਰ ਇਹਨੂੰ ਇਨਵੈਸਟੀਗੇਸ਼ਨ 'ਚ ਵੇਖਦੇ ਹਾਂ ਜੋ ਕੀ ਨਿਕਲਦਾ। ਦੱਸਿਆ ਜਾ ਰਿਹਾ ਕਿ ਫੋਨ ਵੀ ਕੋਈ ਇਹਨਾਂ ਨੂੰ ਆਇਆ ਸੀ, ਉਸ ਦੇ ਨਾਲ ਵੀ ਬਹਿਸ ਬਸਾਈ ਹੋਈ ਸੀ ਅਤੇ ਉਸ ਤੋਂ ਬਾਅਦ ਜਿਹੜਾ ਵਾ ਇਹ ਘਰੋਂ ਆਏ ਨੇ। ਹਾਂਜੀ, ਉਹ ਫੋਨ ਦਾ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ। ਥੈਂਕ ਯੂ।